ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀ ਵਿਦਿਓ ਜੌਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਆਂਗਣਵਾੜੀ ਤੇ ਜੋ ਸਹਾਇਕਾਂ ਦੀ ਭਰਤੀ ਹੈ ਤਾਂ ਇਹਦੇ ਵਿੱਚ ਜੋ ਇੰਟਰਵਿਊ ਹੋਣੀ ਹੈ ਤਾਂ ਇਹਦੇ ਵਿੱਚ 5 ਨੰਬਰ ਦੇਣ ਦੇ ਸਬੰਧੀ ਜੋ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਬਾਕੀ ਜਿਸ ਵੀ ਟੌਪਿਕ ਤੇ ਤੁਸੀਂ ਵੀਡੀਓ ਰੀਡ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤਾਂ ਸ਼ੇਅਰ ਕਰਦੇ ਹਾਂ ਜੀ ਇਹ ਪੂਰੀ ਜਾਣਕਾਰੀ ਤਈ ਜਿਉ ਅਪਡੇਟ ਅੰਗਣਵਾੜੀ ਵਰਕਰਾਂ ਤੇ ਸਹਾਇਕਾਂ ਦੀ ਭਰਤੀ ਲਈ ਇੰਟਰਵਿਊ ਦੇ ਰੱਖੇ 5 ਨੰਬਰ ਵਾਪਸ ਲੈਣ ਦੀ ਮੰਗ ਸੋ ਇਹ ਮੰਗ ਕੀਤੀ ਗਈ ਹੈ ਕਿਉਂ ਕੀਤੀ ਗਈ ਹੈ ਇਹਨਾਂ ਨੇ ਆਪਣਾ ਬਿਆਨ ਵੀ ਦਿੱਤਾ ਹੈ ਬੀਤੇ ਦਿਨੀ ਇਹ ਜੋ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਕੱਢੀਆਂ ਗਈਆਂ ਅੰਗਣਵਾੜੀ ਵਰਕਰਾਂ ਤੇ ਸਹਾਇਕਾਂ ਦੀਆਂ ਅਸਾਮੀਆਂ ਲਈ ਇੰਟਰਵਿਊ ਦੇ 5 ਨੰਬਰ ਰੱਖਵੇਂ ਰੱਖਣ ਦਾ ਵਿਰੋਧ ਕਰਦੇ ਆ ਮੁਲਾਜ਼ਮ ਆਗੂ ਪ੍ਰਿੰਸੀਪਲ ਗੋਇਲ ਨੇ ਕਿਹਾ ਕਿ ਨਾ ਇਸ ਨਾਲ ਜਿਹੜੀ ਨਰੋਲ ਮੈਰਿਟ ਦੇ ਵਿੱਚ ਆਉਂਦੇ ਉਮੀਦਵਾਰਾਂ ਦੇ ਹੱਕ ਹੈ ਜਿਹੜੇ ਪ੍ਰਭਾਵਿਤ ਹੋਣਗੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇੰਟਰਵਿਊ ਹੈ ਜਿਹੜੀ ਉਹ ਖਤਮ ਕਰਨ ਸੰਬੰਧੀ ਨਵੇਂ ਨਿਯਮ ਨੇ ਜਿਹੜੇ ਉਹ ਲਾਗੂ ਕੀਤੇ ਹੋਏ ਨੇ ਅਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਤੋਂ ਪਹਿਲਾਂ ਨਿਕਲਦੀਆਂ ਅਸਾਮੀਆਂ ਲਈ ਇੰਟਰਵਿਊ ਦਾ ਕੋਈ ਨੰਬਰ ਨਹੀਂ ਰੱਖਿਆ ਗਿਆ ਪਰ ਚੋਣਾਂ ਦੇ ਆਖਰੀ ਸਾਲ ਅਜੇ ਹੀ ਚੋਰ ਮੋਰੀ ਰਾਹੀਂ ਆਪਣੇ ਚਾਹਤਿਆਂ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ ਹੈ। ਉਹਨਾਂ ਸਰਕਾਰ ਨੂੰ ਅਜੇ ਹੁਕਮ ਵਾਪਸ ਲੈਣ ਦੀ ਮੰਗ ਕਰਦੇ ਆ ਕਿ ਹੈ ਕਿ ਇਹ ਨਿਯੁਕਤੀਆਂ ਮੈਰਿਟ ਆਧਾਰ ਤੇ ਉਸੇ ਵਾਰਡ ਚੋਂ ਕੀਤੀਆਂ ਜਾਣ ਨਹੀਂ ਤਾਂ ਲੋਕ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ। ਸੋ ਇੰਟਰਵਿਊ ਦੇ 5 ਨੰਬਰਾਂ ਨੂੰ ਲੈ ਕੇ ਇਹ ਅਪਡੇਟ ਆਈ ਹੈ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਇੰਟਰਵਿਊ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਤਾਂ ਕਮੈਂਟ ਜਰੂਰ ਕਰਿਓ ਬਾਕੀ ਅੱਗੇ ਜੋ ਅਪਡੇਟ ਆਏਗੀ ਸਮੇਂ ਸਿਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ